ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਯੂਐਸਏ ਪਿਛਲੇ ਦਿਨਾਂ ਤੋਂ ਚਰਚਾ ਵਿੱਚ ਆ ਰਹੇ ਕਵੀ ਸੰਤੋਖ ਸਿੰਘ ਦੇ ਸੂਰਜ ਪ੍ਰਕਾਸ਼ ਗ੍ਰੰਥ ਸੰਬੰਧੀ ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂਵਾਲਿਆਂ ਦੇ ਵਿਚਾਰਾਂ ਨਾਲ ਸਹਿਮਤ ਹਨ। ਉਹਨਾਂ ਨੇ ਕਿਹਾ ਕਿ ਢੱਡਰੀਆਂਵਾਲਿਆਂ ਦੇ ਵਿਚਾਰ ਗੁਰਮਤ ਮੁਤਾਬਕ ਹਨ। ਉਹਨਾਂ ਕਿਹਾ ਕਿ ਸੂਰਜ ਪ੍ਰਕਾਸ਼ ਗ੍ਰੰਥ ਉਹਨਾਂ ਬ੍ਰਾਹਮਣੀ ਸੋਚ ਵਾਲੇ ਗ੍ਰੰਥਾਂ ਵਿੱਚੋਂ ਇੱਕ ਹੈ ਜਿਨ੍ਹਾਂ ਦਾ ਮਨੋਰਥ ਹੌਲੀ ਹੌਲੀ ਸਿੱਖ ਮਾਨਸਿਕਤਾ ਵਿੱਚ ਕਾਲਪਨਿਕ ਗੈਰ ਕੁਦਰਤੀ ਅੰਧ ਵਿਸ਼ਵਾਸੀ ਪੁਰਾਣਕ ਕਥਾ ਕਹਾਣੀਆਂ ਦੀ ਤਰਜ਼ ਉੱਤੇ ਕਰਮ ਕਾਂਡਾਂ ਨੂੰ ਭਰ ਕੇ ਉਹਨਾਂ ਨੂੰ ਗੁਰੂ ਨਾਨਕ ਪਾਤਸ਼ਾਹ ਦੀ ਨਿਆਰੀ ਅਤੇ ਯਥਾਰਥ ਸੋਚ ਤੋਂ ਦੂਰ ਕਰ ਬਿਪਰ ਮਹਾਂਸਾਗਰ ਵਿੱਚ ਡੋਬਣਾ ਹੈ। ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਅਤੇ ਪ੍ਰਵਾਸੀ ਭਾਰਤੀ ਤਰਲੋਚਨ ਸਿੰਘ ਦੁਪਾਲਪੁਰ ਨੇ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਦਾਅਵਾ ਕੀਤਾ, ਗੁਰੂ ਗ੍ਰੰਥ ਸਾਹਿਬ ਜੀ ਦੀ ਨਿਆਰੀ ਵਿਚਾਰਧਾਰਾ ਵਿੱਚ ਰੌਲਾ ਪਾਉਣ ਦੇ ਲਈ ਬਿਪਰ ਨੇ ਗੁਰਪ੍ਰਤਾਪ ਸੂਰਜ ਗ੍ਰੰਥ ਨੂੰ ਨਹੀਂ ਸਗੋਂ ਬਚਿੱਤਰ ਨਾਟਕ, ਪਾਲੇ ਵਾਲੀ ਜਨਮ ਸਾਖੀ ਅਤੇ ਗੁਰੂ ਲਿਬਾਸ ਪਾਤਸ਼ਾਹੀ 6 ਆਦਿ ਅਨੇਕਾਂ ਹੀ ਗ੍ਰੰਥਾਂ ਰਾਹੀਂ ਕੋਝਾ ਹਮਲਾ ਕੀਤਾ ਹੈ। ਜਿਵੇਂ ਜਿਵੇਂ ਤੱਤ ਗੁਰਮਤਿ ਦੇ ਪ੍ਰਚਾਰਕ ਗੁਰੂ ਗ੍ਰੰਥ ਸਾਹਿਬ ਜੀ ਦੀ ਕਸਵੱਟੀ ਅਤੇ ਪਰਖ ਇਹਨਾਂ ਗ੍ਰੰਥਾਂ ਨੂੰ ਸੰਗਤਾਂ ਸਾਹਮਣੇ ਰੱਖ ਰਹੇ ਹਨ, ਤਿਵੇਂ ਤਿਵੇਂ ਸੰਗਤਾਂ ਜਾਗਰੂਕ ਹੋ ਕੇ ਇਹਨਾਂ ਗ੍ਰੰਥਾਂ ਕਾਰਨ ਧਾਰਨ ਕੀਤੇ ਥੋਥੇ ਕਰਮ ਕਾਂਡਾਂ ਨੂੰ ਛੱਡਦੀਆਂ ਜਾ ਰਹੀਆਂ ਹਨ, ਜਿਸ ਨੂੰ ਦੇਖ ਦੇਖ ਕੇ ਸੰਗਤਾਂ ਨੂੰ ਕਲਪਨਾਵਾਂ ਵਿੱਚ ਉਲਝਾ ਕੇ ਮੂਰਖ ਬਣਾ ਕੇ ਆਪਣਾ ਹਲਵਾ ਮਾਂਡਾ ਚਲਾ ਰਹੇ ਬਿਪਰ ਦਾ ਹਾਲ ਬੁਰਾ ਹੁੰਦਾ ਜਾ ਰਿਹਾ ਹੈ। ਇਸ ਤੋਂ ਇਲਾਵਾ ਪ੍ਰਵਾਸੀ ਭਾਰਤੀਆਂ ਅਵਤਾਰ ਸਿੰਘ ਮਿਸ਼ਨਰੀ, ਹਰਸਿਮਰਤ ਕੌਰ ਖਾਲਸਾ, ਡਾਕਟਰ ਗੁਰਮੀਤ ਸਿੰਘ ਬਰਸਲ, ਸਰਬਜੀਤ ਸਿੰਘ ਸੈਂਕਰਾਮੈਂਟੋ ਆਦਿ ਨੇ ਮੰਨਿਆ ਹੈ ਕਿ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿ ਸਿੱਖਾਂ ਦੇ ਭਲੇ ਲਈ ਬਣੀਆਂ ਸੰਸਥਾਵਾਂ ਵੀ ਬਿਪਰ ਦੇ ਘੁਸਪੈਠ ਕਾਰਨ ਉਸੇ ਰੰਗ ਵਿੱਚ ਰੰਗੀਆਂ ਜਾ ਚੁੱਕੀਆਂ ਹਨ ਅਤੇ ਬਿਨਾਂ ਪੜ੍ਹੇ ਅਤੇ ਸਮਝੇ ਪੁਰਾਤਨ ਇਤਿਹਾਸਕ ਵਸੀਲਿਆਂ ਦੇ ਨਾਮ ਹੇਠ ਇਹਨਾਂ ਗ੍ਰੰਥਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਉਧਰ ਸਿੱਧੂ ਮੂਸੇਵਾਲੇ ਦੇ ਗੀਤ ਪਿੱਛੋਂ ਮਾਈ ਭਾਗੋ ਦੇ ਸੂਰਜ ਪ੍ਰਕਾਸ਼ ਗ੍ਰੰਥ ਵਿਚਲੇ ਪ੍ਰਸੰਗ ਨੂੰ ਲੈ ਕੇ ਰਣਜੀਤ ਸਿੰਘ ਢੱਡਰੀਆਂਵਾਲੇ ਦੀ ਅਕਾਲ ਤਖ਼ਤ ਸਾਹਿਬ 'ਤੇ ਪਹੁੰਚੀ ਸ਼ਿਕਾਇਤ ਕਰਕੇ ਭਾਈ ਢੱਡਰੀਆਂਵਾਲੇ ਅਤੇ ਟਕਸਾਲ ਵਿਚਕਾਰ ਪੈਦਾ ਹੋ ਰਹੇ ਖਾਨਾ ਜੰਗੀ ਦੇ ਹਾਲਾਤ 'ਤੇ ਟਿੱਪਣੀ ਕਰਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਸਾਬਕਾ ਚੇਅਰਮੈਨ ਭਾਈ ਤਰਸੇਮ ਸਿੰਘ ਨੇ ਕਿਹਾ ਕਿ ਸਮੁੱਚੇ ਮਾਮਲੇ ਵਿੱਚ ਉਸਾਰੂ ਰੋਲ ਨਿਭਾਉਣ ਦੀ ਬਜਾਏ ਸ਼੍ਰੋਮਣੀ ਕਮੇਟੀ ਆਪਣੇ ਆਕਾਵਾਂ ਦੀਆਂ ਹਦਾਇਤਾਂ ਉਡੀਕ ਰਹੀ ਹੈ। ਉਹਨਾਂ ਕਿਹਾ ਹੈ ਕਿ ਇਹ ਅਫਸੋਸਨਾਕ ਵਰਤਾਰਾ ਹੈ ਕਿ ਪਹਿਲਾਂ ਅੰਗਰੇਜ਼ਾਂ ਨੇ ਸਾਡਾ ਇਤਿਹਾਸ ਵਿਗਾੜਿਆ, ਹੁਣ RSS ਸਿੱਖ ਇਤਿਹਾਸ ਨੂੰ ਮੁੜ ਲਿਖ ਰਹੀ ਹੈ, ਪਰ ਪੁਰਾਤਨ ਗ੍ਰੰਥਾਂ ਦੀ ਸਮੱਗਰੀ ਨੂੰ ਲੈ ਕੇ ਸਾਡੇ ਪ੍ਰਚਾਰਕ ਉਸਾਰੂ ਚਰਚਾ ਕਰਨ ਦੀ ਬਜਾਏ ਆਪੋ ਆਪ ਵਿੱਚ ਡਾਂਗੋ ਸੋਟੀ ਹੋ ਰਹੇ ਹਨ, ਜਿਸ ਕਰਕੇ ਦੁਨੀਆ ਵਿੱਚ ਸਾਡਾ ਤਮਾਸ਼ਾ ਬਣ ਰਿਹਾ ਹੈ। ਉਹਨਾਂ ਕਿਹਾ ਕਿ ਸਮਝਣ ਦੀ ਗੱਲ ਹੈ ਕਿ ਹਿੰਦੂਆਂ ਦੇ ਬੜੇ ਗ੍ਰੰਥਾਂ ਵਿੱਚ ਇਤਰਾਜ਼ਯੋਗ ਟਿੱਪਣੀਆਂ ਹਨ, ਪਰ ਉਹਨਾਂ ਦੀਆਂ ਧਾਰਮਿਕ ਧਿਰਾਂ ਇੰਝ ਆਪਣਾ ਜਲੂਸ ਨਹੀਂ ਕੱਢਦੀਆਂ ਜਿਸ ਤਰ੍ਹਾਂ ਸਾਡੇ ਪ੍ਰਚਾਰਕ ਡਾਂਗਾ ਸੂਤ ਕੇ ਬਹਿ ਗਏ ਹਨ। ਉਹਨਾਂ ਕਿਹਾ ਕਿ ਜੇ ਸਾਡੀ ਕੌਮ ਦਾ ਇੱਕ ਸਾਂਝਾ ਪਲੇਟਫਾਰਮ ਅਕਾਲ ਤਖ਼ਤ ਸਾਹਿਬ ਇੱਕ ਧਿਰ ਬਣਨ ਦੀ ਬਜਾਏ ਕੌਮ ਦੇ ਹਿੱਤ ਵਿੱਚ ਆਜ਼ਾਦ ਰੋਲ ਨਿਭਾਵੇ ਤਾਂ ਮਸਲੇ ਸੁਲਝਾਉਣ ਵਿੱਚ ਮਦਦ ਹੋ ਸਕਦੀ ਹੈ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ।